ਲੋ ਵੀ ਸਜਲੋ ਤੇ ਮਿੱਤਰੋ ਹੋ ਜਾਓ ਨੇੜੇ, ਅਸੀਂ ਲਾਉਣ ਲੱਗੀਆਂ ਗੇੜੇ। ਪਹਿਲਾਂ ਮੈਨੂੰ ਇਹ ਗੱਲ ਦੱਸੋ ਭਾਈ, ਵੀਰ ਆਏ ਨੇ ਕਿਹੜੇ ਕਿਹੜੇ? ਆਇਓ ਆਇਓ। ਮੈਨੂੰ ਹੁਣ ਇਹ ਗੱਲ ਦੱਸੋ ਵੀ ਟਰੱਕਾਂ ਵਾਲੇ ਵੀਰੇ ਕਿੰਨੇ ਕੁ ਆਏ? ਵੀਰੋ ਅੱਜ ਟਰੱਕਾਂ ਦਾ ਇੱਕ ਟ੍ਰਿਪ ਆ, ਤਾਂ ਮੈਂ ਕਿਹਾ ਚਲੋ ਤੁਹਾਨੂੰ ਵੀ ਵੀਰਿਆਂ ਨੂੰ ਲੈ ਆਈਏ ਨਾ, ਕਿਉਂਕਿ ਨਾ ਚਾਹ ਹੀ ਬੜੀ ਸਵੇਰ ਦਾ ਟਾਈਮ ਆ। ਤਾਂ ਸਵੇਰ ਦੇ ਕੀ ਬਣਾ, 6:40 ਹੋ ਚੱਲੇ ਆ ਇੱਥੇ ਲੋ ਅਮਰੀਕਾ 'ਚ। ਹਾਂਜੀ, ਠੰਡ ਵਾਹ ਵਾ, 0°C ਟੈਂਪਰੇਚਰ ਆ। ਤਾਂ ਆਇਓ ਚਲੀਏ, ਹੋਇਓ ਨੇੜੇ, ਅਸੀਂ ਲਾਉਣ ਲੱਗੇ ਹਾਂ ਗੇੜੇ। ਵੀਰੋ ਅਸੀਂ ਤਾਂ ਚਾਹ ਜੀ ਪੀ ਦੀ ਗੱਡੀ 'ਚ ਜਾ ਕੇ ਚਾਹ ਪੀਆਂਗੇ, ਅਤੇ ਅੱਗੋਂ ਜਾ ਕੇ ਫਿਰ ਟਰੱਕ ਚਲਾਉਂਦੇ ਹਾਂ। ਟਰੱਕ ਤੁਹਾਨੂੰ ਪਤਾ, ਫਿਰ ਜਿੱਥੇ ਤੁਹਾਡਾ ਸਟਾਪ ਲੱਗਾ ਉੱਥੇ ਜਾ ਕੇ ਫਿਰ ਅਸੀਂ ਵੀ ਸਟਾਪ ਲਾਵਾਂਗੇ। ਆਇਓ ਚਲੀ ਭਾਅ ਜੀ, ਵੇਖ ਲਓ ਸਵੇਰ ਦਾ ਟਾਈਮ ਆ, ਬਹੁਤ ਠੰਡ ਆ। ਟਰੱਕ ਖਲੋਤਾ, ਅਸੀਂ ਟਰੱਕ ਚਲਾਉਣ ਲੱਗੇ ਹਾਂ ਭਾਅ ਜੀ। ਮਹਿਫਿਲ ਮਿੱਤਰਾਂ ਦੀ ਆਇਆ ਮੈਨੂੰ ਡਿਕਾਰ। ਲਓ ਜੀ ਭਾਅ ਜੀ, ਵੀਰੇ ਕਹਿਣਗੇ ਸਵੇਰ ਸਵੇਰ ਸਾਨੂੰ ਕਿੱਥੇ ਲਿਆਉਂਦਾ। ਭਾਅ ਜੀ ਗੱਲ ਪਤਾ ਕੀ ਆ ਭਾਅ ਜੀ, ਰਾਹ 'ਤੇ ਹੁੰਦੀਆਂ ਦੁਕਾਨਾਂ ਕੋਈ ਨਹੀਂ, ਸਾਨੂੰ ਫਿਰ ਫਰੂਟ ਫਰੂਟ ਲੱਭਦਾ ਕੋਈ ਨਹੀਂ, ਬਹੁਤ ਔਖਾ ਕੰਮ ਆ। ਅਸੀਂ ਕਿਹਾ ਭਾਅ ਜੀ ਐਂਗੂਰ ਤਾਂ ਕੁਛ ਕੇਲੇ ਕੂਲੇ ਜਿਹੜੇ ਨਾ ਫਰੂਟ ਸੇਬ ਚੋਂ, ਉਹ ਭਾਅ ਜੀ ਲੈ ਜਾਈਏ, ਫਿਰ ਰਾਹ 'ਤੇ ਬੰਦਾ ਔਖਾ ਹੁੰਦਾ। ਹਾਂਜੀ, ਕਿਉਂਕਿ ਵੀਰੋ ਅਸੀਂ ਲਾਉਣੇ ਆ ਗੇੜੇ, ਤਾਂ ਸੱਜਣ ਮਿੱਤਰ ਹੋ ਗਏ ਹੁਣ ਇਹ ਨੇੜੇ। ਹਾਂਜੀ, ਤਾਂ ਅਸੀਂ ਥੋੜ੍ਹਾ ਜਿਹਾ ਫਰੂਟ ਲਾਵਾਂਗੇ, ਫਰੂਟ ਲਾ ਕੇ ਅਸੀਂ ਜਿਹੜਾ ਨਾ ਅੱਗੇ ਕੰਮ 'ਤੇ ਚਲਾਂਗੇ। ਜੀ ਵੀਰੋ, ਕੀ ਹਾਲ ਹੈ? ਠੀਕ ਠਾਕ, ਮੌਸਮ ਬਹੁਤ ਅੱਛਾ, ਹਵਾ ਬਹੁਤ ਤੇਜ਼ ਹੈ, ਪਤਾ ਨਹੀਂ ਇੱਥੇ ਤੁਹਾਨੂੰ ਅੱਜ ਬਾਹਰ ਆਵਾਜ਼ ਆ ਰਹੀ ਹੈ ਨਹੀਂ ਆ ਰਹੀ। ਅੱਛਾ, ਇਹਨਾਂ ਦਿਨਾਂ 'ਚ ਨਾ ਟਰੱਕਾਂ ਦਾ ਕੰਮ ਦੀ ਡਿਮਾਂਡ ਬਹੁਤ ਜ਼ਿਆਦਾ ਹੈ ਵੀਰੋ, ਉਹਦੀ ਵਜ੍ਹਾ ਪਤਾ ਕੀ ਆ? ਦੀ ਵਜ੍ਹਾ ਇੱਕ ਤਾਂ ਟਰੱਕ ਇੰਡਸਟਰੀ 'ਚ ਨਾ ਜਿਹੜੇ 40 ਸਾਲ ਤੋਂ ਉੱਤੇ ਉਮਰ ਦੇ ਲੋਕ ਆ ਨਾ, ਵੱਡੀ ਉਮਰ ਦੇ, ਉਹਨਾਂ ਨੇ ਕਹਿ ਤਾ ਭਾਅ ਜੀ ਅਸੀਂ ਕਰੋਨਾ ਦੇ ਦਿਨਾਂ 'ਚ ਕੰਮ ਨਹੀਂ ਕਰਨਾ, ਅਤੇ ਸਾਨੂੰ ਜਿਹੜਾ ਨਾ ਅਸੀਂ ਆਰਾਮ ਕਰਨਾ, ਸਾਡੀ ਜਿਹੜੀ ਜ਼ਿੰਦਗੀ ਸਾਨੂੰ ਜ਼ਰਾ ਪਿਆਰੀ ਹੈ, ਅਤੇ ਉਹਨਾਂ ਨੇ ਕੰਮ ਕਰਨ ਤੋਂ ਇਨਕਾਰ ਕੀਤਾ ਹੋਇਆ। ਅਤੇ ਦੂਸਰਾ ਜਿਹੜਾ ਵਜ੍ਹਾ ਹੈ ਕਿ ਇੱਕ ਦੂਜੀ ਜਿਹੜੀ ਮੇਨ ਵਜ੍ਹਾ ਹੈ ਨਾ, ਜਿਹਦੀ ਵਜ੍ਹਾ ਤੋਂ ਟਰੱਕਾਂ 'ਚ ਇਸ ਵਕਤ ਬਹੁਤ ਜ਼ਿਆਦਾ ਡਿਮਾਂਡ ਆ ਅਤੇ ਘੱਟ ਲੋਕ ਕੰਮ ਕਰ ਰਹੇ ਨੇ, ਉਹ ਇਹ ਵਜ੍ਹਾ ਹੈ ਕਿ ਇਹਨਾਂ ਤੁਹਾਨੂੰ ਮੈਂ ਦੱਸਿਆ ਸੀ ਨਾ, ਵਾਲਾਂ ਦਾ ਟੈਸਟ, ਹੇਅਰ ਫੋਸਲ ਦਾ ਟੈਸਟ, ਹੇਅਰ ਦੇ ਜ਼ਰੀਏ ਨਾ ਡਰੱਗ ਟੈਸਟ ਕਰਦੇ ਨੇ ਕਿ ਭਾਅ ਜੀ ਡਰੱਗ ਲੈਂਦਾ ਨਹੀਂ ਲੈਂਦਾ, ਉਹ ਟੈਸਟ ਦੀ ਵਜ੍ਹਾ ਤੋਂ ਨਾ ਕਾਫੀ ਲੋਕ ਟੈਸਟ ਨਹੀਂ ਪਾਸ ਕਰ ਸਕੇ।
वो टेस्ट उन्होंने पास नहीं किया जिद की वजह तो वह फिर जरा उन्होंने काम करने की इजाजत नहीं, वह भी तकरीबन 6-7 हज़ार बंदा है उत्थे। तो इस वक्त अमेरिका च पूरे ट्रक ड्राइवर की जी लोड़ आ ना तकरीबन 60 हज़ार ट्रक ड्राइवर होने चाहिए आ कि फिर जाके इन्हों की कमी पूरी होती नहीं, तो शॉर्टेज बहुत वध गई आ। आंदे आ भाजी काम करो, काम बंदे लैके आओ, मेरे नाल किसी ने काम कुम करना है राबता है तो करो। हुण मैं जिहड़े मेरे दोस्त मेरे वीर कहिंदे आ भाजी साढ़े कागज़ बनाओ, कागज़ भाजी तुहाडा असीं ते दस सकदे आ, साढ़े हाथ ते बैसी नहीं गई, असीं भाजी तुहानूं राह विखा सकदे आ, तुहानूं सीधी सीधी गल दस सकदे आ, जिहड़ा कोई इनसान दे वस दी गल है वह अही कर सकदे आ। बाकी भाजी तुहाडे अपने मुकद्दर आ, जिहड़े अमरीका जे भाई बैठे जिन्हां का कागज़ कुगज़ हैगा वह भावें मेरे नाल राबता करन, तो जिहड़े ना ਜਿੰਨੇ ਪੈਸੇ ਕਹਾਉਣਗੇ ਵੱਧ ਤੋਂ ਵੱਧ ਕੰਪਨੀਆਂ ਇੱਥੇ ਹੈਗੀਆਂ ਉਹਨਾਂ ਦੀ ਆਪਣੀ ਕਾਬਲੀਅਤ ਅਤੇ ਤਜਰਬੇ ਦੇ ਮੁਤਾਬਕ ਚੰਗੇ ਪੈਸੇ ਲੱਭ ਜਾਣਗੇ। ਤੁਸੀਂ ਕਰਨਾ, ਤੁਸੀਂ ਜਿਹੜਾ ਨਾ ਵੀਰ ਨਾਲ ਰਾਬਤਾ ਕਰਨਾ ਹੈ ਮੇਰੇ ਨਾਲ, ਭਾਵੇਂ ਈਮੇਲ ਕਰੋ ਭਾਵੇਂ ਇੱਥੇ ਕਮੈਂਟ ਕਰਿਓ, ਮੈਂ ਸਾਰੇ ਕਮੈਂਟਾਂ ਦਾ ਜਵਾਬ ਦੇਣ ਦਾ ਤੁਹਾਨੂੰ ਵੀਰਿਆਂ ਨੂੰ। ਅਤੇ ਕਾਫੀ ਦਿਨ ਹੋ ਗਏ ਜੀ ਭਾਜੀ ਟਰੱਕਾਂ ਦਾ ਕੰਮ ਨਹੀਂ ਸੀ ਚੱਲਣ ਡਿਆ, ਕਰਨ ਨਹੀਂ ਡਿਆ। ਮੈਂ ਤਾਂ ਗਿਆ ਪਾਕਿਸਤਾਨ 'ਚ 2 ਮਹੀਨੇ ਲਾ ਕੇ ਆਇਆ, ਸਕੂਨ ਸੂਨ ਫਰੈਸ਼ ਫਰੁਸ਼ ਹੋ ਗਿਆ। ਹੁਣ ਜਿਹੜਾ ਅੱਗੋਂ ਉਦੋਂ ਟਰੱਕਾਂ ਦੀ ਵੀਡੀਓ ਆਉਂਦੀ ਰਹਿਣਗੀਆਂ, ਤੁਸੀਂ ਜਿਹੜੇ ਵੇਖਦੇ ਰਹੋਗੇ। ਨਾਲੇ ਆਸਾ ਆਸਾ ਨਾ ਵੀਰੋ ਤੁਸੀਂ ਮੇਰੇ ਜਿਹੜਾ ਮੂੰਹ ਇੱਕੋ ਵੇਖ ਕੇ ਨਾ ਮੇਰੇ ਖਿਆਲ ਥੱਕ ਗਏ ਹੋਣੇ, ਮੈਂ ਹੁਣ ਜਿਹੜਾ ਨਾ ਗੈਟਅਪ ਜ਼ਰਾ ਚੇਂਜ ਕਰਾਂਗਾ ਪਾ ਕੇ, ਤਾਂ ਕਿ ਤੁਸੀਂ ਜਿਹੜਾ ਨਾ ਜ਼ਰਾ ਡਿਫਰੈਂਟ ਜੀ ਕੋਈ ਚੀਜ਼ ਵੇਖੋ ਨਾ ਭਾਅ ਜੀ। ਰੋਜ਼ ਇੱਕੋ ਜੀ ਮੂੰਹ ਵੇਖ ਕੇ ਤੁਸੀਂ ਕਹਿੰਦੇ ਹੋ ਭਾਅ ਜੀ ਇਹ ਮੂੰਹ ਫਿਰ ਆ ਗਿਆ। ਅਤੇ ਹੋਰ ਸੁਣਾਓ ਭਾਅ ਜੀ, ਤੁਸੀਂ ਤੁਸੀਂ ਸੁਣਾਓ ਕੀ ਹਾਲ ਚਾਲ, ਕਿੱਥੋਂ ਵੇਖਣ ਡਿਆ ਹੋ, ਕੋਈ ਤਰ੍ਹਾਂ ਕਮੈਂਟ ਕਰਿਆ ਕਰੋ। ਮੇਰੇ ਜਿਹੜੇ 2 ਦਿਨ ਦੋਸਤ ਹੈਗਾ ਨਾ ਬਹੁਤ ਪੁਰਾਣੇ ਦੋਸਤ ਆ, ਉਹਨਾਂ ਦਾ ਮੈਨੂੰ ਨਾਂ ਵੀ ਯਾਦ ਹੋ ਗਿਆ, ਰਾਜੇ ਸਾਹਿਬ ਆਉਂਦੇ ਆ, ਸ਼ਫੀ ਬਲੋਚ ਸਾਹਿਬ ਆਉਂਦੇ ਆ, ਅਤੇ 2 ਦਿਨ ਹੋਰ ਆ। ਇਹ ਟਰੱਕਾਂ ਦੇ ਜਿਹੜੇ ਵੀਰ ਆ ਨਾ ਸ਼ੁਰੂ ਤੋਂ ਮੇਰੇ ਨਾਲ ਆਉਂਦੇ ਆ, ਅਤੇ ਇਹਨਾਂ ਨੇ ਜਿਹੜੀ ਜਿਹੜੀ ਮੇਰੀ ਗੱਲ ਕਹਿੰਦੇ ਆ, ਮੈਂ ਫਿਰ ਉੱਥੇ ਵੀਡੀਓ ਬਣਾ ਕੇ ਉਹਨਾਂ ਨੂੰ ਮੈਂ ਦੱਸਦਾ ਹੁੰਦਾ, ਅਤੇ ਅੱਗੋਂ ਵੀਰਿਓ ਇਹਨਾਂ ਮੁਕੱਦਰ ਦੀ ਗੱਲਾਂ, ਆਪਣੇ ਆਪਣੇ ਮੁਕੱਦਰ ਦੀ ਗੱਲਾਂ। ਅਤੇ ਜਿੱਥੇ ਜਿੱਥੇ ਤੁਹਾਡਾ ਰਿਜ਼ਕ ਲਿਖਿਆ ਹੋਣਾ ਤੁਸੀਂ ਪਹੁੰਚ ਜਾਣਾ। ਅਤੇ ਮੈਂ ਤਾਂ ਕਹਿੰਦਾ ਭਾਅ ਜੀ ਜਿਹੜਾ ਜਿਹੜੀ ਜਗ੍ਹਾ 'ਤੇ ਮੌਜੂਦ ਹੋ ਨਾ, ਅਤੇ ਜ਼ਰੂਰ ਕੋਸ਼ਿਸ਼ ਕਰਦੇ ਰਹੋ, ਕੰਮ ਕੁੰਮ ਕਰਦੇ ਰਹੋ, ਅਤੇ ਮੁਕੱਦਰ ਤੁਹਾਡੇ ਖਿੱਚ ਲਿਆਉਣਗੇ ਜਿੱਥੇ ਵੀ ਤੁਸੀਂ ਜਾਣਾ ਹੋਏਗਾ। ਹਵਾ ਬਹੁਤ ਤੇਜ਼ ਆ, ਮੇਰਾ ਕਸੂਰ ਨਹੀਂ ਹੈ ਵੀਰੋ, ਸ਼ਿਕਾਗੋ 'ਚ ਬਹੁਤ ਤੇਜ਼ ਹਵਾ ਹੁੰਦੀ ਆ, ਕੋਈ ਹਵਾ ਵੀ ਛਾਂ ਛੂ ਵਿੱਚ ਮੋਬਾਈਲ ਦੀ ਆਉਂਦੀ ਹੋਵੇ ਨਾ ਤਾਂ ਮਾਫ਼ ਕਰ ਦਿਓ। ਮੈਂ ਹੁਣ ਕੀ ਕਰਾਂ, ਮੈਂ ਬੈਠਾ ਬਾਹਰ, ਅਤੇ ਬਾਹਰ ਭਾਅ ਜੀ ਇੰਝ ਹੀ ਹੁੰਦਾ ਹੈ, ਕੀ ਕਹਿੰਦੇ ਨੇ, ਕੰਮਾਂ 'ਤੇ ਨਿਕਲੀ ਦਾ ਹੁੰਦਾ। ਅਤੇ ਖੈਰ ਹੁਣ ਅੱਗੋਂ ਟਰੱਕਾਂ ਦੀ ਵੀਡੀਓ ਆਉਂਦੀ ਰਹਿਣਗੀ ਆ, ਤੁਸੀਂ ਜਿਹੜੇ ਵੇਖਦੇ ਰਹੋ ਵੀਰਾਂ ਨੇ, ਤੁਸੀਂ ਸਾਨੂੰ ਵੀਰਾਂ ਨੇ ਸਾਨੂੰ ਪਿਆਰ ਦੇਣਾ, ਅਤੇ ਮੈਂ ਜਿਹੜਾ ਅੱਗੋਂ ਜਿਹੜਾ ਨਾ ਇੱਕ ਬਲਵੀਰ ਸਿੰਘ ਉਹਦੀ ਟਰੱਕ ਚਲਾਉਣਗੇ ਗੈਟਅਪ ਗੁਟਅਪ ਕਰਕੇ ਨਾ, ਅਤੇ ਨਾਲੇ ਇੱਕ ਆਇਆ ਆਪਣਾ ਕੀ ਨਾਂ ਹੈ ਉਹਨਾਂ ਉਹ ਖਾਨ ਜੀ, ਗੁਲ ਖਾਨ ਉਹਨਾਂ ਵੀ ਟਰੱਕ ਡਰਾਈਵਰ ਦੇ ਤੌਰ 'ਤੇ ਜੁਆਇਨ ਕਰਨਾ। ਅਨਕਰੀਬ ਉਹਨਾਂ ਦੀ ਵੀਡੀਓ ਤੁਸੀਂ ਵੇਖੋਗੇ ਸ਼ਫਕਤ ਦਵਾਨ TV 'ਤੇ, ਅਤੇ ਬਸ ਹੋਰ ਗੱਲਾਂ ਨਾਲ ਹੁੰਦੀਆਂ ਰਹਿਣਗੀਆਂ। ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰਿਆ, ਨਾਲ ਸਾਡੀ ਜਿਹੜੀ ਨਾ ਸਾਡੇ ਨਾਲ ਕਮੈਂਟ ਸਾਡੀ ਗੱਲਾਂ ਵੀ ਕਰਿਆ ਕਰੋ, ਅਤੇ ਸਾਨੂੰ ਚੰਗਾ ਲੱਗਦਾ ਭਾਅ ਜੀ ਜਦੋਂ ਤੁਸੀਂ ਆਪਣਾ ਫੀਡਬੈਕ ਦਿੰਦੇ ਹੋ, ਤੁਸੀਂ ਜਾਣਦੇ ਹੋ ਕਿ ਕੀ ਜਾਣਨਾ ਚਾਹੁੰਦੇ ਹੋ। ਅਤੇ ਅੱਜ ਦੀ ਵੀਡੀਓ ਦੇ ਵਿੱਚ ਇੰਝ ਹੀ ਗੱਲਬਾਤ ਹੈਗੀ ਸੀ, ਹੋਰ ਕੋਈ ਵੱਡੀ ਗੱਲ ਹੈਗੀ ਨਹੀਂ ਜਿਹੜੀ ਮੈਂ ਕਿਹਾ ਤੁਹਾਨੂੰ ਕੋਈ ਦੱਸੀਏ। ਅਤੇ ਬਸ ਸਲਾਮ ਦਿਓ ਵੀਰਾਂ ਨਾਲ ਕਰੇ, ਨਾਲੇ ਮੈਂ ਕਹਿਣਾ ਸੀ ਭਾਅ ਜੀ ਹੁਣ ਅੱਗੋਂ ਦੇ ਡੈਣਾ ਟਰੱਕਾਂ ਦੀ ਵੀਡੀਓ ਆਉਣਗੀਆਂ, ਅਤੇ ਸਾਡੇ ਨਾਲ ਰਹੋ, ਠੀਕ ਹੈ ਜੀ। ਸਾਨੂੰ ਹੁਣ ਇਜਾਜ਼ਤ ਦਿਓ, ਰੱਬ ਰਾਖਾ, ਸਤਿ ਸ਼੍ਰੀ ਅਕਾਲ, ਧੰਨਵਾਦ, ਜਿੱਥੋਂ ਜਿੱਥੋਂ ਵੇਖਣ ਡਿਓ ਭਾਅ ਜੀ। ਆਪਣਾ ਖਿਆਲ ਰੱਖਿਓ, ਸਿਹਤ ਦਾ ਖਿਆਲ ਰੱਖਿਓ ਭਾਅ ਜੀ, ਸਿਹਤ ਤੋਂ ਵੱਧ ਕੇ ਚੀਜ਼ ਕੋਈ ਨਹੀਂ ਹੈਗੀ। ਇਹ ਸਿਹਤ ਹੈਗੇ ਤਾਂ ਟਰੱਕ ਹੈਗਾ, ਨਹੀਂ ਤਾਂ ਭਾਅ ਜੀ ਕਦੇ ਕਦੇ ਟਰੱਕ ਚਲਾਈ ਤਾਂ ਵਰਜਿਸ਼ ਨਾ ਕਰੀਏ, ਇਹ ਮੋਢਿਆਂ ਅਤੇ ਮੇਰੇ ਮੋਹਰਿਆਂ 'ਤੇ ਬਹੁਤ ਪੀੜ ਹੁੰਦੀ ਆ, ਇਹ ਜਗ੍ਹਾ 'ਤੇ ਨਾ ਭਾਅ ਜੀ ਖੱਬੇ ਪਾਓ। ਉਹ ਖੇਡੀ ਦਾ ਹੁੰਦਾ ਸੀ ਨਾ ਗੇਂਦ ਬੱਲਾ, ਕੀ ਕਿਹੜੇ ਗੇਮਾਂ ਗੁੰਮਾਂ ਬੋਲਿੰਗ ਬੋਲਿੰਗ ਕਰਾਈ ਦੀ ਹੁੰਦੀ ਸੀ, ਬੈਟਿੰਗ ਤਾਂ ਉਦੋਂ ਸਹੀ ਰਹਿੰਦਾ ਉਹਦੇ। ਇਹ ਟਰੱਕਾਂ 'ਤੇ ਬਹਿ ਬਹਿ ਕੇ ਨਾ, ਚਲੋ ਢਿੱਡ 'ਤੇ ਸਾਡਾ ਕੰਟਰੋਲ ਆ, ਖੁਰਾਕ 'ਤੇ ਕੰਟਰੋਲ ਕੀਤਾ, ਲੇਕਿਨ ਭਾਅ ਜੀ ਜਿਹੜੀ ਵਰਜਿਸ਼ ਨਾ ਕਰੀਏ, ਇਹ ਜੋੜਿਆਂ 'ਤੇ ਮੋਹਰਿਆਂ 'ਤੇ ਲੱਖਾਂ 'ਚ ਪੀੜ ਹੁੰਦੀ ਆ, ਤਾਂ ਵਰਜਿਸ਼ ਕਰਨੀ ਬਹੁਤ ਜ਼ਰੂਰੀ ਆ ਜਿਹੜੀ ਜਗ੍ਹਾ 'ਤੇ ਵੀ ਉਹ। ਸਿਹਤ ਬਹੁਤ ਜ਼ਰੂਰੀ ਆ, ਸਿਹਤ ਰੱਬ ਦੀ ਬਹੁਤ ਵੱਡੀ ਨਿਮਤ ਆ, ਜੋ ਕੁਛ ਵੀ ਨਹੀਂ ਆ ਜੇ ਤੁਹਾਡੇ ਕੋਲ ਸਿਹਤ ਸਲਾਮਤ ਹੋਣਾ, ਪੂਰਾ ਜਿਸਮ ਤੁਹਾਡੇ ਕੋਲ ਮੌਜੂਦ ਆ, ਸਾਡਾ ਹੱਥ ਪੈਰ ਸਹੀ ਤਰ੍ਹਾਂ ਕੰਮ ਕਰਦੇ ਆ, ਤਾਂ ਯਕੀਨ ਕਰੋ ਤੁਸੀਂ ਕਰੋੜਾਂ ਅਰਬਾਂ ਦੇ ਮਾਲਕ ਆ। ਲਈ ਤਾਂ ਯਕੀਨ ਕਰੋ, ਉੱਥੇ ਹਸਪਤਾਲ ਜਾ ਕੇ ਵੇਖੋ, ਮੈਂ ਤਾਂ ਵੀਰੋ 2 ਮਹੀਨੇ ਲਾ ਕੇ ਆਇਆ ਹਸਪਤਾਲ, ਪਾਕਿਸਤਾਨ ਦੇ ਗੌਰਮੈਂਟ ਹਸਪਤਾਲਾਂ 'ਚ ਵੀ ਰਿਹਾ, ਅਤੇ ਬੜੀ ਮਿਹਨਤ ਨਾਲ ਡਾਕਟਰ ਇੱਥੇ ਕੰਮ ਕਰਦੇ ਆ, ਸਾਡੇ ਜਿਹੜੇ ਸਰਕਾਰੀ ਹਸਪਤਾਲ ਦੇ ਡਾਕਟਰ ਆ ਨਾ ਵੀਰੋ, ਬਹੁਤ ਮਿਹਨਤ ਨਾਲ ਕੰਮ ਕਰਦੇ ਆ, ਬੜਾ ਅੱਛਾ ਕੰਮ ਕਰਦੇ ਆ, ਅਤੇ ਘੱਟ ਸਹੂਲਤਾਂ, ਅਤੇ ਕੋਈ ਬਾਹਰੋਂ ਸਾਡਾ ਵੀਰ ਓਵਰਸੀਜ਼ ਜਾਏ ਨਾ, ਤਾਂ ਜ਼ਰੂਰ ਉੱਧਰ ਜਾ ਕੇ ਡੋਨੇਟ ਕਰਨਾ ਹੋਏ, ਅਤੇ ਸਰਕਾਰੀ ਹਸਪਤਾਲਾਂ 'ਚ ਜਾਇਆ ਕਰੋ, ਉੱਥੇ ਵੇਖਿਆ ਕਰੋ ਲੋਕਾਂ ਨੂੰ ਬੈੱਡਾਂ ਦੀ ਲੋੜ ਆ, ਲੋਕਾਂ ਨੂੰ ਕੀ ਜ਼ਰੂਰਤ ਆ, ਤੁਸੀਂ ਉੱਥੇ ਬੜਾ ਚੰਗਾ ਕਰ ਸਕਦੇ ਹੋ। ਅਤੇ ਬਾਕੀ ਸਾਡੇ ਪਾਕਿਸਤਾਨ ਦੇ ਜਿਹੜੇ ਡਾਕਟਰ ਸਰਕਾਰੀ ਹਸਪਤਾਲਾਂ ਦੇ ਯੰਗ ਡਾਕਟਰ ਜਿਹੜੇ ਹੈਗੇ ਨਾ, ਬੜੀ ਮਿਹਨਤ ਨਾਲ ਕੰਮ ਕਰਦੇ ਆ, ਮੈਂ ਜਾ ਕੇ ਵੇਖਿਆ, ਰੱਬ ਉਹਨਾਂ ਨੂੰ ਸਲਾਮਤ ਰੱਖੇ, ਸਿਹਤ ਅਤੇ ਪਾਕਿਸਤਾਨ ਨੂੰ ਅਤੇ ਵੀ, ਅਤੇ ਜਿਹੜਾ ਹੈ ਨਾ
ਕੋਈ ਮੁਸ਼ਕਲਾਂ ਜਿਹੜੀਆਂ ਹੈ ਮੇਰੇ ਵੀਰ ਵੇਖਣ ਡਿਓ, ਪਾਕਿਸਤਾਨ ਦੇ ਵੇਖਣ ਡਿਓ, ਇੰਡੀਆ ਦੇ ਵੇਖਣ ਡਿਓ, ਭਾਅ ਜੀ ਬੰਗਲਾਦੇਸ਼ ਅਫਗਾਨਿਸਤਾਨ ਦੇ ਵੇਖਣ ਡਿਓ, ਰੱਬ ਦੇ ਸਾਰਿਆਂ ਦਾ ਨਾ ਭਾਅ ਜੀ ਜਿਹੜੀ ਕੋਈ ਮੁਸ਼ਕਲਾਂ ਉਹ ਰੱਬ ਦੂਰ ਕਰੇ, ਅਤੇ ਸਾਡੇ ਚੈਨਲ ਤੇ ਰਿਹਾ ਮੈਂ ਚੈਨਲ ਤੇ ਸਾਰੇ ਮੇਰੇ ਦੋਸਤਾਂ ਵਾਸਤੇ ਆ ਜਿੱਥੋਂ ਵੀ ਵੇਖਣ ਡਿਆ ਮੇਰੇ ਆਸੇ ਤੇ ਸਾਰੇ ਦੋਸਤ ਨੇ, ਅਤੇ ਜਲਦ ਦਿਓ ਭਾਅ ਜੀ, ਅਤੇ ਫਿਰ ਮਿਲਾਂਗੇ ਦੁਬਾਰਾ ਨਵੇਂ ਗੈਟਅਪ ਦੇ ਨਾਲ।